ਮੁੱਖ ਮੰਤਰੀ ਭਗਵੰਤ ਮਾਨ ਅੱਜ ਤਿਹਾੜ ਜੇਲ੍ਹ 'ਚ ਬੰਦ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ। ਦੁਪਹਿਰੇ 12:30 ਵਜੇ ਮੁਲਾਕਾਤ ਲਈ ਮਿਲਿਆ ਹੈ ਸਮਾਂ। ਪਹਿਲਾਂ ਵੀ ਕੇਜਰੀਵਾਲ ਨੂੰ ਤਿਹਾੜ 'ਚ ਮਿਲ ਚੁੱਕੇ ਨੇ ਸੀਐਮ ਮਾਨ। ਰਾਜਾ ਵੜਿੰਗ ਦੇ ਧਰਮਪਤਨੀ ਅੰਮ੍ਰਿਤਾ ਵੜਿੰਗ ਦਾ ਵਿਵਾਦਿਤ ਬਿਆਨ, ਕਾਂਗਰਸ ਦੇ ਪੰਜੇ ਦੀ ਬਾਬੇ ਨਾਨਕ ਦੇ ਹੱਥ ਨਾਲ ਕੀਤੀ ਤੁਲਨਾ, ਕਿਹਾ ਗੁਰੂਆਂ ਦੇ ਪੰਜੇ ਲਈ ਮੰਗਣ ਆਈ ਹਾਂ ਵੋਟ। ਲੁਧਿਆਣਾ 'ਚ ਕਾਂਗਰਸ ਨੇ ਖੇਡਿਆ ਵੱਡਾ ਦਾ, ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਰਵਨੀਤ ਬਿੱਟੂ ਖਿਲਾਫ ਚੋਣ ਮੈਦਾਨ 'ਚ ਉਤਾਰਿਆ। ਵੜਿੰਗ ਨੇ ਬਿੱਟੂ ਨੂੰ ਤਕੜੇ ਹੋਣ ਦੀ ਦਿੱਤੀ ਚੁਣੌਤੀ। ਰੋਪੜ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਬਲਵਿੰਦਰ ਸਿੰਘ ਕੰਗ ਲਈ ਜੁਟਾਇਆ ਸਮਰਥਨ, ਕਿਹਾ ਅਸੀਂ ਚੰਮ ਦੀ ਨਹੀਂ ਕੰਮ ਦੀ ਰਾਜਨੀਤੀ ਕਰਦੇ। ਅੰਮ੍ਰਿਤਪਾਲ ਦੇ ਪਰਿਵਾਰ ਨੇ ਅਕਾਲੀ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦੀ ਮੰਗ ਕੀਤੀ ਰੱਦ। ਬਲਟੋਹਾ ਨੇ ਖਡੂਰ ਸਾਹਿਬ 'ਚ ਮੰਗਿਆ ਸੀ ਸਹਿਯੋਗ। ਪਰਿਵਾਰ ਬੋਲਿਆ ਅਕਾਲੀ ਦਲ ਨੂੰ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਖਿਲਾਫ ਨਹੀਂ ਉਤਾਰਨਾ ਚਾਹੀਦਾ ਸੀ ਉਮੀਦਵਾਰ। ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੇ ਪ੍ਰਤਾਪ ਸਿੰਘ ਬਾਜਵਾ ਤੇ ਜੀਤ ਮਹਿੰਦਰ ਸਿੰਘ ਸਿੱਧੂ। ਬਾਜਵਾ ਨੇ ਜੀਤ ਮਹਿੰਦਰ ਸਿੰਘ ਸਿੱਧੂ ਲਈ ਮੰਗਿਆ ਸਹਿਯੋਗ। ਬਲਕੌਰ ਸਿੰਘ ਨੇ ਮੂਸੇਵਾਲ ਦੀ ਲੜਾਈ ਨਾ ਲੜਨ ਦਾ ਬਾਜਵਾ ਦੀ ਮੌਜੂਦਗੀ 'ਚ ਕੀਤਾ ਗਿਲਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਤੇ 12ਵੀਂ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ। ਬੋਰਡ ਦੀ ਵੈਬਸਾਈਟ www.punjabschooleducationboard.ac.in ਤੇ ਦੇਖਿਆ ਜਾ ਸਕੇਗਾ ਰਿਜ਼ਲਟ। ਗੁਰੂ ਤੇਗ ਬਹਾਦਰ ਜੀ ਦੇ 493ਵੇਂ ਪ੍ਰਕਾਸ਼ ਪੁਰਬ ਮੌਕੇ ਹਰਿਮੰਦਰ ਸਾਹਿਬ 'ਚ ਕੀਤੀ ਗਈ ਮਨਮੋਹਕ ਆਤਿਸ਼ਬਾਜ਼ੀ। ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਅਸਮਾਨ, ਸੰਗਤ ਨੇ ਕੀਤੀ ਦੀਪਮਾਲਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲਟਨ ਦੀ ਸ਼ੁਰੂਆਤ ਕਰਾਂਗੇ ਤੇ ਗੱਲ ਕਰਾਂਗੇ ਰਾਜਾ ਵੜਿੰਗ ਦੀ, ਧਰਮਪਤਨੀ ਅੰਮ੍ਰਿਤਾ ਵੜਿੰਗ ਦੀ, ਜਿਨ੍ਹਾਂ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਹੈ। ਕਾਂਗਰਸ ਦੇ ਪੰਜੇ ਦੀ ਤੁਲਨਾ ਦਰਅਸਲ ਬਾਬੇ ਨਾਨਕ ਦੇ ਹੱਥ ਨਾਲ ਅੰਮ੍ਰਿਤਾ ਵੜਿੰਗ ਦੇ ਵੱਲੋਂ ਕੀਤੀ ਗਈ। ਜੀਤ ਮਹਿੰਦਰ ਸਿੰਘ ਸਿੱਧੂ, ਜੋ ਕਿ ਬਠਿੰਡਾ ਤੋਂ ਕੈਂਡੀਡੇਟ ਨੇ, ਉਮੀਦਵਾਰ ਨੇ, ਉਹਨਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀਗਾ। ਇਸ ਵਿਚਾਲੇ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਤੁਹਾਡੀ ਵੋਟ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ। ਸਾਰੇ ਗੁਰੂਆਂ ਜਾਂ ਨਿਸ਼ਾਨ ਪੰਜਾ ਸੀ। ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇਤਾ ਹੀ ਪੰਜਾ ਨਿਸ਼ਾਨ ਚੁਣਿਆ, ਮੈਂ ਗੁਰੂਆਂ ਦੇ ਪੰਜੇ ਦੇ ਲਈ ਵੋਟ ਮੰਗਣ ਆਈ ਹਾਂ। ਰਾਜਾ ਵੜਿੰਗ ਦੇ ਧਰਮਪਤਨੀ ਨੇ ਅੰਮ੍ਰਿਤਾ ਵੜਿੰਗ, ਜਿਨ੍ਹਾਂ ਦੇ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ। ਇਸ ਵਿਚਾਲੇ SGPC ਨੇ ਅੰਮ੍ਰਿਤਾ ਵੜਿੰਗ ਦੇ ਬਿਆਨ ਦੀ ਨਿਖੇਧੀ ਕੀਤੀ ਹੈ। SGPC ਨੇ ਕਿਹਾ ਕਿ ਕਾਂਗਰਸ ਦਾ ਖੂਨੀ ਪੰਜਾ ਅੰਮ੍ਰਿਤਾ ਵੜਿੰਗ ਮਾਫ਼ੀ ਮੰਗਣ। ਚੋਣ ਕਮਿਸ਼ਨ ਅੰਮ੍ਰਿਤਾ ਵੜਿੰਗ ਦੇ ਖਿਲਾਫ਼ ਕਾਰਵਾਈ ਕਰੇ, ਆ ਅਪੀਲ SGPC ਦੇ ਵੱਲੋਂ ਕੀਤੀ। ਅੰਮ੍ਰਿਤਾ ਵੜਿੰਗ ਜੀ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਇਸ ਗੱਲ ਨੂੰ ਅਣਜਾਣਪੁਣੇ ਵਿੱਚ ਕਰ ਰਹੇ ਹੋ, ਮੈਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ ਆਉਂਦਾ। ਤੁਸੀਂ ਸਾਰੀ ਗੱਲ ਸਮਝਦੇ ਹੋਏ ਵੀ ਜਿੱਡੀ ਇਹ ਗੱਲ ਕੀਤੀ ਹੈ, ਇਹ ਬਹੁਤ ਵੱਡੀ ਗੱਲ ਕੀਤੀ ਆ ਅਤੇ ਇੱਕ ਧਾਰਮਿਕ ਅਵੱਗਿਆ ਕੀਤੀ ਆ। ਸੋ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਤੁਹਾਡੇ ਧਾਰਮਿਕ ਜਿਹੜੇ ਆਸ਼ੀਰਵਾਦ ਦੇ ਪੰਜੇ ਦੇ ਨਾਲ ਤੁਸੀਂ ਆਪਣੇ ਪੰਜੇ ਨੂੰ ਰਲਾ ਰਹੇ ਹੋ। ਤੁਹਾਡੇ ਪੰਜੇ ਦਾ ਨਾਂ ਜਿਹੜਾ ਇਹ ਖੂਨੀ ਪੰਜਾ, ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ।
ਧਰਮ ਦਾ ਜਿਹੜਾ ਜਿਹੜੀ ਗੁਰੂ ਦੀ ਪ੍ਰਤੀ ਆਸਥਾ ਵਾ ਉਸ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ। ਸਿੱਖਾਂ ਦੇ ਮਨ 'ਤੇ ਬਹੁਤ ਭਾਰੀ ਇਸ ਗੱਲ ਦੀ ਠੇਸ ਹੈ। ਸੋ ਮੈਂ ਰਾਜਾ ਵੜਿੰਗ ਜਿਹੜੇ ਕਿ ਆਪਣੇ ਆਪ ਨੂੰ ਪਾਕਿ ਸਿਰਫ ਸਾ ਕੇ ਇਸ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਸਿੱਖੀ ਦਾ ਜਿਵੇਂ ਢੋਂਗ ਰਚ ਰਹੇ ਨੇ, ਮੇਰੀ ਗੱਲ ਦਾ ਗੁੱਸਾ ਨਹੀਂ ਕਰਨਗੇ, ਉਹ ਆਪਣੀ ਧਰਮ ਉਤਪਤੀ ਨੂੰ ਇਸ ਕੀਤੇ ਗੁਨਾਹ ਦੇ ਬਾਰੇ 'ਚ ਜਾਣੂ ਵੀ ਕਰਵਾਉਣਗੇ ਅਤੇ ਉਹ ਤੁਰੰਤ ਸਿੱਖ ਕੌਮ ਤੋਂ ਇਸ ਗੱਲ ਲਈ ਮਾਫ਼ੀ ਮੰਗਣ। ਅਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਇਸ ਗੱਲ ਲਈ ਅਪੀਲ ਵੀ ਕਰਦੇ ਹਾਂ ਕਿ ਉਹ ਇਸ ਸੰਬੰਧੀ ਇੱਕ ਸਖ਼ਤ ਜਿਹਾ ਫੈਸਲਾ ਲਵੇ ਤਾਂ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਜਿਹੜਾ ਕੀਤਾ ਜਾ ਰਿਹਾ ਖਿਲਵਾੜ ਹੈ, ਇਸ ਖਿਲਵਾੜ ਦਾ ਜਿਹੜਾ ਜਵਾਬ ਉਹ ਮੰਗਿਆ ਜਾਵੇ। ਸੋ ਕਾਂਗਰਸ ਪਾਰਟੀ ਜਿਹੜੀ ਹੈ ਸਾਰੀ ਇਸ ਗੱਲ ਲਈ ਆਪਣੇ ਆਪ ਨੂੰ ਇਖਲਾਕੀ ਤੌਰ 'ਤੇ ਆਪਣੇ ਆਪ ਨੂੰ ਕੀਤੀ ਹੋਈ ਗਲਤੀ ਦੀ ਮਾਫ਼ੀ ਮੰਗੇ। ਅੰਮ੍ਰਿਤਾ ਵੜਿੰਗ ਜੀ ਆਪਣੀ ਕੀਤੀ ਹੋਈ ਗੱਲ ਨੂੰ ਇਹ ਤੁਰੰਤ ਵਾਪਸ ਲਓ ਕਿਉਂਕਿ ਇਹ ਬਹੁਤ ਵੱਡਾ ਤੁਸੀਂ ਗੁਨਾਹ ਕਰ ਰਹੇ ਹੋ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ, ਜਿਨ੍ਹਾਂ ਨੂੰ ਮਿਲੇ ਨੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ। ਬਠਿੰਡਾ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੀ ਉਹਨਾਂ ਦੇ ਨਾਲ ਮੌਜੂਦ ਰਹੇ। ਬਾਜਵਾ ਨੇ ਬਲਕੌਰ ਸਿੰਘ ਤੋਂ ਸਮਰਥਨ ਮੰਗਿਆ। ਦੱਸ ਕੇ ਜੀਤ ਮਹਿੰਦਰ ਸਿੰਘ ਸਿੱਧੂ ਦੇ ਲਈ ਬਾਜਵਾ ਨੇ ਸਮਰਥਨ ਮੰਗਿਆ ਹੈ ਬਲਕੌਰ ਸਿੰਘ ਤੋਂ, ਅਤੇ ਬਲਕੌਰ ਸਿੰਘ ਨੇ ਮੂਸੇਵਾਲਾ ਕੇਸ 'ਚ ਮਦਦ ਨਾ ਕਰਨ ਦਾ ਗਿਲਾ ਵੀ ਜ਼ਾਹਰ ਕੀਤਾ। ਕੱਲ੍ਹ ਰਾਤ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ। ਬਾਜਵਾ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਹੈ। ਸੋ ਚਾਲੇ ਕੱਲ੍ਹ ਦੇਰ ਰਾਤ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਚਰਚਾਵਾਂ ਸੀਗੀਆਂ ਕਿ ਬਲਕੌਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਬਠਿੰਡਾ ਤੋਂ ਚੋਣ ਮੈਦਾਨ 'ਚ ਉਤਰ ਸਕਦੇ ਨੇ, ਜਿਸ ਦੇ ਚੱਲਦੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਕੱਲ੍ਹ ਦੇਰ ਸ਼ਾਮ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੇ ਵਿਚਾਲੇ ਬਾਜਵਾ ਨੇ ਬਲਕੌਰ ਸਿੰਘ ਤੋਂ ਸਮਰਥਨ ਮੰਗਿਆ ਅਤੇ ਭਰੋਸਾ ਵੀ ਦਵਾਇਆ ਗਿਆ ਕਿ ਉਹਨਾਂ ਨੂੰ ਸਮਰਥਨ ਦਿੱਤਾ ਜਾਏਗਾ। ਸਾਰੀਆਂ ਸਾਰੀਆਂ ਨਿੱਕੀਆਂ ਮੋਟੀਆਂ ਗੱਲਾਂ ਜੋ ਸਾਰਿਆਂ ਦੇ ਮਨ ਦੇ ਵਿੱਚ ਅੰਦਰ ਹੁੰਦੀਆਂ ਨੇ, ਕਹਿਣੀਆਂ ਵੀ ਚਾਹੁੰਦੇ ਨੇ। ਸਿੱਧੂ ਸਾਹਿਬ ਆਏ ਸਾਡੇ ਕੋਲ, ਪਰੰਤੂ ਕਈ ਗੱਲਾਂ ਦੇ ਵਿੱਚ ਜਿੱਦੇ ਦੀ ਇਹ ਇਲੈਕਸ਼ਨ ਦਾ ਸਿਸਟਮ ਐਲਾਨਿਆ, ਇਸ ਬੱਚੇ ਨੇ ਗੱਲ ਬਿਲਕੁਲ ਸਹੀ ਕਹੀ ਹੈ ਵੀ ਕਿਸੇ ਵੀ ਲੀਡਰ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਕੋਈ ਮੁੱਦੇ ਦੇ ਤੌਰ 'ਤੇ ਨਹੀਂ ਲਿਆ ਗਿਆ ਵੀ ਕਿੱਡਾ ਵੱਡਾ ਕਤਲ ਹੈ। ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਾਡੀ ਖੱਜਲ ਖੁਆਰੀ ਹੋਈ ਹੈ, ਸਾਡੀ ਜਲਾਲ ਤੋਂ ਹੋਈ ਹੈ, ਉਹਦਾ ਕਰਕੇ ਸਾਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਦੇ ਕਦੇ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਤੌਰ ਮਿਲਿਆ ਨਹੀਂ ਅੱਜ ਤੱਕ ਵੀ ਕੋਈ ਕਦੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਹੈ। ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਾੜ ਜੀ ਦੇ ਦੁੱਖ ਤੋਂ ਤੁਹਾਨੂੰ ਨਿਕਲ ਕੇ ਇਲੈਕਸ਼ਨਾਂ ਲੜਨੀਆਂ ਬਹੁਤ ਵੱਡੀ ਗੱਲ ਹੈ, ਔਰ ਉਹ ਵਿਅਕਤੀ ਜਿਹਦਾ 5 ਸਟੰਟ ਪਵਾਈ ਬੈਠਾ ਹੋਵੇ, ਮਨੋਬਲ ਉਹਦਾ ਟੁੱਟਿਆ ਹੋਵੇ, ਪਰੰਤੂ ਹੋਰ ਕੋਈ ਹੱਲ ਵੀ ਨਹੀਂ ਬਚਦਾ ਪਿੱਛੇ ਫਿਰ, ਹੈ ਨਾ। ਜਦੋਂ ਆਪਾਂ ਸੋਚਦੇ ਹਾਂ ਵੀ ਯਾਰ ਜੇ ਮੈਂ ਆਪਦੇ ਬੱਚੇ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਫਿਰ, ਜਾਂ ਸਾਨੂੰ ਇਹ ਹੈ ਵੀ ਲੀਡਰਸ਼ਿਪ ਸਾਡੇ ਸਤਿਕਾਰ ਜੋ ਕੈਂਡੀਡੇਟ ਨੇ ਸਾਨੂੰ ਇਹਨਾਂ ਘੱਟੋ ਘੱਟ ਲੋਕਾਂ ਦੇ ਸਾਹਮਣੇ ਵਿਸ਼ਵਾਸ ਦਵਾ ਕੇ ਜਾਣ, ਹਾਂ ਅਸੀਂ ਇਹਨਾਂ ਦੀ ਗੱਲ ਰੱਖਾਂਗੇ ਕਿਤੇ ਜਾ ਕੇ। ਪਰੰਤੂ ਮੈਨੂੰ ਹਾਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਵੀ ਜਿਵੇਂ ਮੇਰਾ ਕੇਸ ਜਿਵੇਂ ਮੇਰੇ ਨਾਲ ਸਾਥੀ ਨੇ ਲੜਨਾ ਚਾਹੀਦਾ ਸੀ, ਹਾਲੇ ਤੱਕ ਮੈਂ ਉਸ ਕੇਸ ਨੂੰ ਕਿਤੇ ਵੀ ਪੁੱਟ ਅਪ ਨਹੀਂ ਕਰ ਸਕਿਆ, ਕਿਸੇ ਵੀ ਢੰਗ ਨਾਲ ਉਹਨੂੰ ਅੱਗੇ ਰੱਖ ਨਹੀਂ ਸਕਿਆ, ਕਿਸੇ ਨੇ ਉਸ ਗੱਲ ਦਾ ਨੋਟਿਸ ਹੀ ਨਹੀਂ ਲਿਆ ਇਸ ਗੱਲ ਦਾ। ਅਤੇ ਮੈਨੂੰ ਇਹ ਵੀ ਯਕੀਨ ਦਵਾਇਆ ਗਿਆ ਕਿ ਤੁਸੀਂ ਫਿਕਰ ਨਾ ਕਰੋ, ਜਿੱਥੇ ਵੀ ਜਾਓਗੇ ਅਸੀਂ ਤੁਹਾਡੀ ਮਦਦ ਵਾਸਤੇ, ਜਿਹੜੇ ਬਾਹਰਲੇ ਹਲਕਿਆਂ 'ਚ ਵੀ ਜਾਓਗੇ ਜਾਵਾਂਗੇ। ਕੋਈ ਛੋਟੇ ਮੋਟੇ ਕੋਈ ਮੱਧ ਭੇਦ ਪਿਛਲੇ ਚੰਦ ਦਿਨਾਂ 'ਚ ਕੁਝ ਆਏ ਨੇ ਲੋਕਲਾਈਜ਼ਡ, ਬਟ ਉਹ ਮੱਧ ਭੇਦ ਅੰਦਰ ਸਾਡੀ ਗੱਲਬਾਤ ਹੋ ਚੁੱਕੀ ਹੈ।
ਮੈਂ ਇਹਨੂੰ ਯਕੀਨ ਦਵਾਇਆ ਕਿ ਤੁਹਾਡੀ ਇਹ ਲੜਾਈ ਜਿਹੜੀ, ਤੁਹਾਡੀ ਇੱਜ਼ਤ ਜਿਹੜੀ, ਇਹ ਬਕਾਇਦਾ ਤੌਰ ਕਾਂਗਰਸ ਬਰਕਰਾਰ ਰੱਖੇਗੀ। ਤਾਂ ਮੈਂ ਤੁਹਾਨੂੰ ਯਕੀਨ ਦਵਾਉਣਾ ਚਾਹੁੰਦਾ, ਸਾਹ ਬਲਕੌਰ ਸਿੰਘ ਜੀ, ਸਾਹ ਚਮਕੌਰ ਸਿੰਘ ਜੀ, ਇਹ ਵੀ ਤੁਹਾਡਾ ਆਪਣਾ ਅਜ਼ੀਜ਼ ਹੈ, ਸਿੱਧੂ ਭਰਾ ਹੈ ਤੁਹਾਡਾ, ਕਾਂਗਰਸੀ ਭਰਾ ਹੈ ਤੁਹਾਡਾ, ਕਿਰਪਾ ਕਰਕੇ ਆਸ਼ੀਰਵਾਦ ਭਰਿਆ ਹੱਥ ਰੱਖੋ। ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕਰਨੀ ਹੈ, ਇਹ ਪਾਰਲੀਮੈਂਟ 'ਚ ਵੀ ਲੜੇਗਾ ਅਤੇ ਜਿੱਦਣ ਤੁਹਾਡੀ ਸਰਕਾਰ 27 'ਚ ਆ ਗਈ, ਜੋ ਤੁਸੀਂ ਹੁਕਮ ਕਰੋਗੇ ਉਹ ਜੇ ਨਾ ਹੋਏਗਾ ਤਾਂ ਫਿਰ ਤੁਸੀਂ ਕਿਹੋ ਕਿ ਤੁਸੀਂ ਜਵਾਨਾਂ ਵਾਲੀ ਗੱਲ ਨਹੀਂ। ਮੈਂ ਕਿਹਾ ਦੇਖੋ, ਪਾਰਟੀ ਨੇ ਮੈਨੂੰ ਉਮੀਦਵਾਰ ਬਣਾਇਆ, ਤੁਹਾਡਾ ਆਸ਼ੀਰਵਾਦ ਚਾਹੀਦਾ, ਅਤੇ ਤੁਸੀਂ ਆਸ਼ੀਰਵਾਦ ਦਿਓਗੇ ਤਾਂ ਮੈਂ ਤੁਹਾਡੇ ਨਾਲ ਇੱਕ ਵਾਅਦਾ ਜ਼ਰੂਰ ਕਰਦਾ ਕਿ ਜਿੱਦਣ ਮੈਂ ਇੱਥੋਂ, ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡਾ ਸਾਥ ਮਿਲੇ, ਕਿ ਮੈਨੂੰ ਮੈਂਬਰ ਪਾਰਲੀਮੈਂਟ ਬਣਨ ਦਾ ਮੌਕਾ ਮਿਲਿਆ ਅਤੇ ਦਿੱਲੀ 'ਚ ਪਾਰਲੀਮੈਂਟ ਬੈਠਾ, ਅਤੇ ਜੇ ਮੈਂ ਆਪਦੇ ਛੋਟੇ ਭਰਾ ਸਿੱਧੂ ਮੂਸੇਵਾਲੇ ਦੀ ਗੱਲ ਨਾ ਕਰਾਂ ਨਾ, ਮੇਰਾ ਐਮ ਪੀ ਬਣਨਾ ਹੀ ਮੇਰੇ ਖਿਆਲ ਨਾ ਉਹ ਹੋਊਗਾ। ਇਹ ਮੈਂ ਇਹਨਾਂ ਨੂੰ ਕਿਹਾ ਸੀ ਉਦੋਂ ਕਿ ਇੱਥੇ, ਉਦੋਂ ਮੈਂ ਕਹਿ ਕੇ ਗਿਆ ਸੀ, ਇਹਨਾਂ ਨੇ ਵੀ ਇਹ ਗੱਲ ਮੈਨੂੰ ਕਹੀ ਅਤੇ ਮੈਨੂੰ ਇਹਨਾਂ ਨੇ ਇੱਕ ਚਿੱਠੀ ਵੀ ਦਿੱਤੀ ਕਿ ਅਸੀਂ ਆਹ ਚਾਹੁੰਦੇ ਹਾਂ। ਮੈਂ ਕਿਹਾ ਹੂ ਬਹੁ ਜਿਹੜੀਆਂ ਗੱਲਾਂ ਇਹਦੇ 'ਚ ਲਿਖੀਆਂ, ਅਤੇ ਮੈਂ ਪਾਰਲੀਮੈਂਟ 'ਚ ਜਾ ਕੇ ਤੁਹਾਡਾ ਐਡਾ ਤਕੜੇ ਵਕੀਲ ਬਣ ਕੇ ਕੇਸ ਉੱਥੇ ਪੁੱਟ ਕਰੂੰਗਾ, ਲੜੂੰਗਾ ਕਿ ਇਨਸਾਫ ਹਰ ਹਾਲਤ 'ਚ ਸੈਂਟਰ ਸਰਕਾਰ ਤੋਂ ਵੀ ਅਤੇ ਪੰਜਾਬ ਸਰਕਾਰ ਤੋਂ ਵੀ। ਜੀਤਮਿੰਦਰ ਸਿੰਘ ਮੇਰੇ ਆਪਦੇ ਸਿੱਧੂ ਮੂਸੇਵਾਲੇ ਦੇ ਕਤਲ ਦਾ ਮੈਂ ਲੈ ਕੇ ਦਊਂਗਾ, ਇਹੀ ਮੈਂ ਉਦੋਂ ਗੱਲ ਕੀਤੀ ਸੀ। ਕਾਂਗਰਸ ਨੇ 4 ਹੋਰ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ 24 ਦਾ ਅਖਾੜਾ ਪਖਾ ਦਿੱਤਾ ਹੈ। ਲੁਧਿਆਣਾ ਤੋਂ ਰਵਨੀਤ ਬਿੱਟੂ ਖਿਲਾਫ਼ ਖੁਦ ਰਾਜਾ ਵੜਿੰਗ ਨੇ ਕਮਾਨ ਸਾਂਭੀ ਹੈ, ਅਤੇ ਗੁਰਦਾਸਪੁਰ ਤੋਂ ਸਾਬਕਾ ਡੈਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ 'ਤੇ ਡਾਕ ਖੇਡਿਆ ਗਿਆ ਹੈ। ਉੱਥੇ ਹੀ ਖਡੂਰ ਸਾਹਿਬ ਅਤੇ ਆਨੰਦਪੁਰ ਸਾਹਿਬ ਸੀਟ 'ਤੇ ਵੀ ਪੱਤੇ ਖੋਲ੍ਹ ਦਿੱਤੇ ਗਏ। ਚੌਵੀ ਦੇ ਪੱਖੇ ਅਖਾੜੇ ਦੇ ਵਿਚਾਲੇ ਕਾਂਗਰਸ ਨੇ ਵੱਡਾ ਦਾਅ ਖੇਡਿਆ, ਵੱਡੇ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। ਲੁਧਿਆਣਾ ਤੋਂ ਰਵਨੀਤ ਬਿੱਟੂ ਦੇ ਖਿਲਾਫ਼ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਖੁਦ ਮੋਰਚਾ ਸੰਭਾਲ ਲਿਆ। ਗੁਰਦਾਸਪੁਰ ਤੋਂ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ, ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜ਼ੀਰਾ ਨੂੰ ਉਮੀਦਵਾਰ ਐਲਾਨਿਆ, ਜਦਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਗਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਰਾਜਾ ਵੜਿੰਗ ਦੇ ਐਲਾਨ ਦੇ ਨਾਲ ਹੀ ਲੁਧਿਆਣਾ ਦਾ ਮੁਕਾਬਲਾ ਦਿਲਚਸਪ ਹੋ ਗਿਆ ਅਤੇ ਸਿੱਧੀ ਟੱਕਰ ਰਵਨੀਤ ਬਿੱਟੂ ਦੇ ਨਾਲ ਹੋਵੇਗੀ, ਜਿਨ੍ਹਾਂ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਬੀਜੇਪੀ ਨੂੰ ਚੁਣਿਆ ਅਤੇ ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਨੇ। ਅਤੇ ਉਮੀਦਵਾਰੀ ਦਾ ਐਲਾਨ ਹੁੰਦਿਆਂ ਹੀ ਰਾਜਾ ਵੜਿੰਗ ਨੇ ਰਵਨੀਤ ਬਿੱਟੂ 'ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਵੜਿੰਗ ਦੇ ਮੈਦਾਨ ਦੇ ਵਿੱਚ ਨਿਤਰਨ 'ਤੇ ਬਿੱਟੂ ਦਾ ਬਿਆਨ ਵੀ ਆਇਆ। ਇਹ ਤਾਂ ਸਮਾਂ ਦੱਸੂਗਾ ਜੀ, ਛੁੱਟੀਆਂ ਮਨਾਉਣ ਆਉਂਦਾ ਹੈ ਕਿ ਗਰਮੀ ਪੈਦਾ ਕਰਨ ਵਾਸਤੇ ਆਉਣਾ, ਸੋ ਇਹ ਆਉਣ ਵਾਲਾ ਸਮਾਂ ਦੱਸੂਗਾ। ਆਲ ਦਾ ਬੈਸਟ ਟੂ ਰਵਨੀਤ ਬਿੱਟੂ, ਤਕੜਾ ਹੋ। ਇਹ ਲੜਾਈ ਵਫਾਦਾਰੀ ਅਤੇ ਗਦਾਰੀ ਦੀ ਲੜਾਈ ਹੈ, ਬਸ ਫੈਸਲਾ ਲੋਕਾਂ ਨੇ ਕਰਨਾ। ਪਹਿਲਾਂ ਹੀ ਪਤਾ ਸੀ ਵੀ ਉਹ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ 'ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ, ਤਾਂ ਹੀ ਤਾਂ ਮੈਂ ਬੀਜੇਪੀ ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ, ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਇਗਨੋਰ ਕਰ ਰਹੀ ਸੀ। ਤਾਂ ਗੁਰਦਾਸਪੁਰ ਤੋਂ ਵੀ ਕਾਂਗਰਸ ਨੇ ਵੱਡਾ ਦਾਅ ਖੇਡਿਆ, ਸਾਬਕਾ ਡਿਪਟੀ ਸੀਐਮ ਅਤੇ ਡੇਰਾ ਬਾਬਾ ਨਾਨਕ ਤੋਂ ਮੌਜੂਦਾ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ ਸਿੱਧਾ ਮੁਕਾਬਲਾ
ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ, ਆਪ ਉਮੀਦਵਾਰ ਸ਼ੈਰੀ ਕਲਸੀ ਤੇ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਦੇ ਨਾਲ ਹੋਵੇਗਾ। ਦੇਖੋ, ਪਹਿਲੀ ਗੱਲ ਤੇ ਮੈਂ 26 ਤਰੀਕ ਨੂੰ ਰਾਜਸਥਾਨ ਦੇ ਇਲੈਕਸ਼ਨ ਲੜ ਕੇ ਆਇਆ ਤੇ 27 ਤਰੀਕ ਨੂੰ ਮੈਨੂੰ ਕਾਲ ਆ ਗਈ ਕਿ ਤੂੰ ਇਲੈਕਸ਼ਨ ਲੜੇਗਾ। ਅਜੇ ਕੋਈ ਰੋਡ ਮੈਪ ਨਹੀਂ ਬਣਿਆ। ਔਰ ਇੱਕ ਚੀਜ਼ ਤੁਹਾਨੂੰ ਦੱਸ ਦਿੱਤਾ ਕਿ ਫੌਜਾਂ ਲੜਨ ਨੂੰ ਹਮੇਸ਼ਾ ਤਿਆਰ ਰਹਿੰਦੀਆਂ। ਜਿਹੜੀ ਫੌਜ ਰੋਡ ਮੈਪ ਪਹਿਲਾਂ ਬਣਾਉਂਦੀ ਆ ਉਹ ਕਦੀ ਕਾਮਯਾਬ ਨਹੀਂ ਹੁੰਦੀ, ਅਤੇ ਜਿਹੜੀ ਤੁਰੇ ਤੁਰੇ ਜਾਂਦੇ ਲਾਈਨਾਂ ਮਾਰੀ ਜਾਂਦੀਆਂ ਕਿ ਆਪਾਂ ਇਸ ਤੋਂ ਰਾਹ ਬਣਾਉਣਾ, ਇਸ ਤੋਂ ਕਰਨਾ, ਇਸ ਤੋਂ ਅਟੈਕ ਕਰਨਾ, ਉਹ ਫੌਜ ਕਦੀ ਵੀ ਹਾਰਦੀ। ਕਾਂਗਰਸ ਦੇ 4 ਹੋਰ ਉਮੀਦਵਾਰਾਂ ਦੇ ਐਲਾਨ ਦੇ ਨਾਲ 24 ਦਾ ਅਖਾੜਾ ਹੋਰ ਵੀ ਦਿਲਚਸਪ ਹੋ ਗਿਆ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਹੁਣ ਤੱਕ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਫਿਰੋਜ਼ਪੁਰ 'ਤੇ ਅਜੇ ਵੀ ਸਸਪੈਂਸ ਬਰਕਰਾਰ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਵਿਰਸਾ ਸਿੰਘ ਵਲਟੋਹਾ ਦੀ ਉਸ ਅਪੀਲ ਦੀ ਜੋ ਅੰਮ੍ਰਿਤਪਾਲ ਦੇ ਪਰਿਵਾਰ ਨੇ ਰੱਦ ਕਰ ਦਿੱਤੀ ਹੈ। ਪਰਿਵਾਰ ਨੇ ਵਲਟੋਹਾ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਸਪਸ਼ਟ ਕਰ ਦਿੱਤਾ ਹੈ ਕਿ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਮੈਦਾਨ 'ਚ ਨਿਤਰਨ ਜਾ ਰਹੇ ਨੇ। ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਦੇ ਪਰਿਵਾਰ ਤੋਂ ਸਮਰਥਨ ਮੰਗਿਆ, ਪਰ ਇਹ ਅਪੀਲ ਸਵੀਕਾਰ ਨਾ ਹੋਈ। ਅੰਮ੍ਰਿਤਪਾਲ ਦੇ ਪਰਿਵਾਰ ਨੇ ਵਲਟੋਹਾ ਦੀ ਅਪੀਲ ਨੂੰ ਰੱਦ ਕਰਦੇ ਹੋਏ ਸਾਫ਼ ਕਹਿ ਦਿੱਤਾ ਕਿ ਖਡੂਰ ਸਾਹਿਬ ਤੋਂ ਵਲਟੋਹਾ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ। ਵਲਟੋਹਾ ਨੂੰ ਅਸੀਂ ਕੋਈ ਵੀ ਚੁਣੌਤੀ ਨਹੀਂ ਮੰਨਦੇ, ਤੇ ਨਾਲ ਹੀ ਕਿਹਾ ਕਿ ਅਕਾਲੀ ਦਲ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਨਹੀਂ ਉਤਾਰਨਾ ਚਾਹੀਦਾ ਸੀ। ਇਹ ਚੀਜ਼ ਹੈ ਕਿ ਜਿੱਦਾਂ ਮਾਨ ਸਾਹਿਬ ਨੇ ਫੈਸਲਾ ਲਿਆ, ਖੜੇ ਹੋਏ ਕੈਂਡੀਡੇਟ ਨੂੰ ਵਾਪਸ ਲਿਆ, ਉਹਨਾਂ ਦੇ ਜੇ ਖੜਾ ਕਰਨਾ ਸੀ ਉਹਨਾਂ ਨੂੰ ਪੰਥਕ ਦੇ ਵਡੇਰੇ, ਤਾਂ ਲਈ ਇਹ ਚੀਜ਼ ਉਹਨਾਂ ਨੂੰ ਕੈਂਡੀਡੇਟ ਨਹੀਂ ਸੀ ਉਤਾਰਨਾ ਚਾਹੀਦਾ। ਜਿੱਥੋਂ ਤੱਕ ਜੇ ਉਹ ਸੱਚੇ ਸੁੱਚੇ ਕੋਈ ਬੰਦੀ ਸਿੰਘਾਂ ਦੀ ਕੋਈ ਗੱਲ ਕਰਨੀ ਚਾਹੁੰਦੇ ਹੈ, ਵਿਖਾਵਾ ਨਹੀਂ ਕਰਨਾ ਚਾਹੀਦਾ, ਦਿਲੋਂ ਕਰਨਾ ਚਾਹੁੰਦੇ ਹੁੰਦੇ ਤਾਂ ਇੱਦਾਂ ਨਹੀਂ ਸੀ ਕਰਦੇ। ਅਤੇ ਇਸ ਕਰਕੇ ਬਾਕੀ ਵੀ ਉਹ ਸਵੇਰੇ ਵੀ ਸਾਡੇ ਕੋਲ ਆਏ ਆ ਅਤੇ ਉਹਨਾਂ ਨੇ ਆ ਕੇ ਕਿਹਾ ਜੀ ਮੈਨੂੰ ਲੋਕ ਬੁਰਾ ਭਲਾ ਕਹਿ ਰਹੇ, ਅਤੇ ਮੈਂ ਸਿਰਫ ਬੁਰਾ ਭਲਾ ਕਹਿ ਰਹੇ, ਜਿਹੋ ਜਿਹੇ ਕੋਈ ਕਰਮ ਕਰੂਗਾ ਉਹੋ ਜਿਹਾ ਉਹ ਉਹਨੂੰ ਕਹਿਣਗੇ। ਅਸੀਂ ਤਾਂ ਕਿਸੇ ਨੂੰ ਵੀ ਕੁਛ ਸਾਡੇ ਪਰਿਵਾਰ ਨੇ ਨਹੀਂ ਕਿਹਾ, ਤੁਸੀਂ ਕੱਲ੍ਹ ਅਨਾਊਂਸ ਹੁੰਦੇ ਆ ਸਾਡੇ ਪਰਿਵਾਰ 'ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ। ਤਾਂ ਜਦੋਂ ਅੰਮ੍ਰਿਤਪਾਲ ਦੇ ਪਰਿਵਾਰ ਨੇ ਵਲਟੋਹਾ ਦੀ ਅਪੀਲ ਨੂੰ ਰੱਦ ਕੀਤਾ ਤਾਂ ਇਸ ਦੇ ਬਾਅਦ ਵਲਟੋਹਾ ਦਾ ਬਿਆਨ ਵੀ ਆਇਆ। ਦੇਖੋ, ਮੈਂ ਬੇਨਤੀ ਕਰਾਂ, ਮੈਂ ਤਾਂ ਹੱਥ ਜੋੜ ਸਕਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਮੁੜ ਵਿਚਾਰ ਕਰੇ, ਬੇਨਤੀ ਕਰ ਸਕਦਾ। ਅਤੇ ਸ਼ਾਇਦ ਉਹ ਇਹ ਸੋਚਣਗੇ ਵੀ ਫੈਸਲਾ ਉਹ ਕੀ ਲੈਂਦੇ ਆ, ਉਹਨਾਂ ਦੀ ਮਰਜ਼ੀ ਹੈ। ਅਤੇ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਵੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੋ ਕਿ ਇਹਦਾ ਫਾਇਦਾ ਕੋਈ ਨਹੀਂ ਗਾ। ਜ਼ਿਕਰਯੋਗ ਹੈ ਕਿ ਉਮੀਦਵਾਰੀ ਪੱਕੀ ਹੋਣ ਦੇ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਚੋਣ ਦੇ ਵਿੱਚ ਸਹਿਯੋਗ ਮੰਗਿਆ ਸੀ। ਇਸ ਦੇ ਨਾਲ ਹੀ ਹੁਣ ਸਪਸ਼ਟ ਹੋ ਗਿਆ ਕਿ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਮੈਦਾਨ ਦੇ ਵਿੱਚ ਨਿਤਰਨ ਜਾ ਰਹੇ ਨੇ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ ਦਲਵੀਰ ਗੋਲਡੀ ਦੀ। ਨਾਰਾਜ਼ ਦਲਵੀਰ ਗੋਲਡੀ ਨੇ ਨਵਾਂ ਰਾਹ ਬਣਾਉਣ ਦੀ ਗੱਲ ਆਖੀ ਹੈ। ਗੋਲਡੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ। ਟਿਕਟ ਨਾ ਮਿਲਣ ਤੋਂ ਨਾਰਾਜ਼ ਨੇ ਗੋਲਡੀ ਦੱਸ ਕੇ ਕਾਂਗਰਸ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਹੈ, ਕੈਂਡੀਡੇਟ ਐਲਾਨਿਆ ਹੈ। ਅਤੇ ਗੋਲਡੀ ਦੇ ਪਾਰਟੀ ਛੱਡਣ ਦੀਆਂ ਚਰਚਾਵਾਂ 'ਤੇ ਸੁਖਪਾਲ ਸਿੰਘ ਖਹਿਰਾ ਦਾ ਵੀ ਬਿਆਨ ਸਟੇਟਮੈਂਟ ਸਾਹਮਣੇ ਆਈ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇ ਗੋਲਡੀ ਜਾਂਦਾ ਹੈ ਤਾਂ ਉਸਦੀ ਵੱਡੀ ਰਾਜਨੀਤਿਕ ਗਲਤੀ ਹੋਵੇਗੀ। ਕਾਂਗਰਸ ਨੇ ਗੋਲਡੀ ਨੂੰ ਕਈ ਵਧੀਆ ਮੌਕੇ ਦਿੱਤੇ ਨੇ, ਵੋਟ ਵਿਅਕਤੀ ਨੂੰ ਨਹੀਂ ਪਾਰਟੀ ਨੂੰ ਪਵੇਗੀ। ਪਹਿਲਾਂ ਹੀ ਕਈ ਕਾਂਗਰਸ ਨੂੰ ਛੱਡ ਕੇ ਚਲੇ ਗਏ। ਗੋਲਡੀ ਨੂੰ ਕਾਂਗਰਸ ਨੇ ਬੜੇ ਸਮੇਂ ਸਿਰ MLA ਬਣਾ ਕੇ ਉਤਾਰਿਆ ਵਾ। ਹੀ ਹੈਜ਼ ਬੀਨ ਰਿਵਾਰਡਿਡ ਵੈਰੀ ਐਡੀਕੁਏਟਲੀ ਫੋਰ ਬਾਈ ਦਾ ਕਾਂਗਰਸ ਪਾਰਟੀ। ਔਰ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਅਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ।
ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ, ਇਟ ਵਿਲ ਬੀ ਅ ਬਲੰਡਰ, ਮੇਰਾ ਨਹੀਂ ਖਿਆਲ ਕਰਨਗੇ। ਮੈਂ ਹਾਲੇ ਦੇਖੋ ਗੋਲਡੀ ਨੂੰ ਕਾਂਗਰਸ ਨੇ ਬੜੇ ਸਮੇਂ ਸਿਰ ਐਮ ਐਲ ਏ ਬਣਾ ਕੇ ਉਤਾਰਿਆ ਵਾ, ਹੀ ਹੈਜ਼ ਬੀਨ ਰਿਵਾਰਡਡ ਵੈਰੀ ਐਡੀਕੁਏਟਲੀ ਫੋਰ ਬਾਈ ਦ ਕਾਂਗਰਸ ਪਾਰਟੀ, ਔਰ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਅਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ। ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ, ਇਟ ਵਿਲ ਬੀ ਅ ਬਲੰਡਰ, ਮੇਰਾ ਨਹੀਂ ਖਿਆਲ ਕਰਨਗੇ। ਮੈਂ ਹਾਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸਵੇਰ ਦਾ ਅੱਜ ਦਾ, ਤਾਂ ਮੇਰਾ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਵੱਡਾ